बिस्मिल्लाहिर्रहमानिर्रहीम अस्सलामुअलैकुम। जैसे क्या मुझे जानते हैं, मैं आज यू वेलकम टू माय न्यू व्लॉग। आज का व्लॉग करते हैं स्टार्ट। टाइम मेरी सुबह सुबह था, मामू ने की सी कॉल। मामू कहता यार इधर आ, जी इधर ना किचन दे विच ओह बारी लगवाई सी ना मामू ने, तो वह मामा दा ला के इतों शहर खड़नी उत्थे जा के लानी है, तो होर थोड़ा जिहा समान है वह भी खड़ना है। मैं चलो सही, चलो नानी घर मैं आ गया, चल के मामू पुछ लिया कि कड़ा कड़ा समान खड़ना है हम शहर। एक तो मामू ने उधरों साढ़े को बोर्ड चुके लिया ਐ ਮੇਰੇ ਮੋਟਰਸਾਈਕਲ ਜੋ ਕੰਮ ਕਰਦਾ ਹੁਣ ਮੈਂ ਬਾਹਰ ਲਾਇਆ ਸੀ ਦੁਕਾਨ ਦੇ। ਇੱਕ ਤਾਂ ਇਹ ਖੜਨਾ ਅਤੇ ਬਕਾਇਆ ਹੋਰ ਮਾਮੂ ਨੂੰ ਪੁੱਛਣਾ ਕਿਹੜੀ ਕਿਹੜੀ ਸ਼ਾਇ ਖੜਨੀ। ਮਾਮੂ ਜੀ ਕਿਹੜੀ ਕਿਹੜੀ ਸ਼ਾਇ ਖੜਨੀ ਹੈ ਸ਼ਹਿਰ? ਹਾਂਜੀ ਆਹਲਾ, ਅੱਛਾ ਉਹ ਕੈਬਨ ਜਾ ਸਹੀ। ਚਲੋ ਆਇਓ ਲਾਉਂਦੇ ਹਾਂ ਕੈਬਨਾਂ 'ਚ ਸਮਾਨ ਸਾਰਾ ਕੱਢ ਕੇ ਖਾਲੀ ਕਰਦੇ ਨੇ, ਪੇਚਕਸ ਮੈਂ ਲੈ ਆਉਂਦੇ ਨੇ ਜੀ। ਆੜੀਆਂ ਕੈਬਨ ਦੇ ਥੱਲੇ ਪੱਤਰੀਆਂ ਲੱਗੀਆਂ ਨਾ ਜੀ, ਇਹ ਖੋਲਣੀ ਹੈ। ਚਲੋ ਜੀ ਖੋਲਦੇ ਹਾਂ ਹੁਣ, ਮੈਂ ਕਰਾਂ ਹੁਣ ਕੈਮਰ ਲਾ ਕੇ ਜੀ ਇੱਧਰ ਬਾਹਰ ਰੱਖਤਾ। ਏ ਸੀ ਜਿਹੜਾ ਜੀ ਉਹ ਮਾਮੂ ਕਹਿੰਦਾ ਜਿਹੜਾ ਮਕੈਨਿਕ ਉਹ ਖੁਦ ਹੀ ਲਾ ਲੈਣਗੇ ਕਿਉਂਕਿ ਉਹਦੀ ਗੈਸ ਲੀਕ ਹੋ ਜਾਣੀ ਹੈ ਬਾਹਰ, ਭਾਈ ਸਰ ਡੀਕਣ ਦੇ ਨੇ। ਹਾਂਜੀ ਭਾਈ ਕਿੱਥੇ ਜਾਣਾ? ਗਰਮੀ ਬੜੀ ਹੈ, ਸਾਰੇ ਮੁੰਡੇ ਚੱਲੇ ਖੜਨ ਨਾਲ 3-4 ਜਣੇ। ਅੱਛਾ ਅਫਜ਼ਾਨ ਤਲਹਾ ਤੇ ਹਫਤਾ ਬੂਏ ਹੋਰ ਇੱਕ ਪਤਨ ਕਿਹੜਾ। ਅੱਛਾ ਸਹੀ, ਕੱਪੜੇ ਨਾਲ ਲੈ ਆਉਣਾ, ਨਾਲ ਲੈ ਕੇ ਆਉਣਾ। ਚਲ ਚਲ ਠੀਕ ਹੈ, ਚਲ ਸਹੀ। ਆਪਣੇ ਵਾਸਤੇ ਵੀ ਟਰੋਜ਼ਰ ਸ਼ਰਟ ਲੈ ਲਈਏ ਜੀ, ਚਾਰਨੇ ਵੀ ਕੱਪੜੇ ਬਦਲੇ ਨੇ। ਚਲੋ ਹੁਣ ਇੱਕ ਦੋਸਤ ਨੂੰ ਨਾਲ ਲੈ ਕੇ ਚੱਲਦੇ ਹਾਂ, ਬਾਕੀ ਸਾਰੇ ਦੋਸਤ ਪੱਕੀ ਦੇ ਖਲੋਤੇ ਨੇ। ਦੋਸਤ ਜਿਹੜੇ ਕੋਲ ਗਏ ਸਾਂ ਜੀ ਉਹ ਘਰ ਹੀ ਕੋਈ ਨਹੀਂ, ਉਹ ਪਤਾ ਨਹੀਂ ਕਿੱਥੇ ਗਿਆ। ਚਲੋ ਚੱਲਦੇ ਹਾਂ ਬਾਕੀ ਜਿਹੜਾ ਦੋਸਤ ਪੱਕੀ ਦੇ ਖਲੋਤੇ ਉਹਨਾਂ ਕੋਲ। ਅਸੀਂ ਆਪਣੇ ਮੋਟਰਸਾਈਕਲ ਦੇ ਚਾਰੇ ਦੋਸਤ ਹੋ ਗਏ ਹਾਂ ਜੀ, ਮੈਂ ਭਾਈ ਅਸਦ, ਮੁਜਾਹਰ, ਸਗੀਰ। ਬਾਕੀ ਦੋਸਤ ਉਹ ਪਿੱਛੇ ਮੋਟਰਸਾਈਕਲ 'ਤੇ ਆਉਣ ਡੇ ਨੇ।
ਕੱਚੀ ਸਾਰੀ ਸ਼ਹਿ ਲੈ ਲਈ ਰੱਖ ਦਿੰਦੀ ਤੇ ਵਿੱਚ ਝੂੰਗਾ ਨਿੱਕੀਆਂ ਦੇ ਦੁਕਾਨਾਂ ਤੇ ਝੂੰਗੇ ਲੈ ਰਹੇ ਗੱਲ ਉਹ ਸਾਡੇ ਪ੍ਰੋਫਿਟ ਚ ਲੱਭਿਆ ਏ ਇਹਨੇ ਸਿਰਫ ਵੀਡੀਓ ਹੀ ਬਣਾਣੀ ਵਲੌਗ ਤੇਰਾ ਬਣਾਣਾ ਇਹਨੇ ਸਹੀ ਸਹੀ ਮੈਂ ਤਾਂ ਕਹਿਣਾ ਮੈਂ ਇਹਨਾਂ ਨਾਲ ਆਇਆ ਹੀ ਨਹੀਂ ਜਾਂਦੇ ਲੜਾਈ ਦਾ ਭੈਣ ਬਣਾਉਣੇ ਲੜਾਈ ਕਰਨੀ ਆ ਜਾਂਦਾ ਮੋਟਰਸਾਈਕਲ ਪੈਂਚਰ ਹੋ ਗਿਆ ਚੱਕਾ ਅੱਛਾ ਜੀ ਅੱਛਾ ਵੈਸੇ ਟੁੱਕ ਲੱਗਿਆ ਵਾਹ ਘੱਟ ਹੋਣੀ ਕਿਤੇ ਇਹਨੇ ਕਿਹਾ ਤਾਂ ਪਿਛਲੇ ਚ ਸੀ ਨਿਕਲ ਅਗਲੇ ਚ ਗਈ ਹੈ ਅੱਛਾ ਅੱਛਾ ਪਿਛਲੇ ਦਾ ਮਨਾਓ ਚੱਲ ਜਾ ਉੱਠ ਪੋ ਯਾਰ ਲਵਾ ਲਿਓ ਪੈਂਚਰ ਚੱਲ ਗਿਆ ਕਿ ਪੈਂਚਰ ਲਾਉਣ ਕੁਛ ਦੋਸਤ ਉਹ ਜਾ ਰਹੇ ਨੇ ਕੁਛ ਅਸੀਂ ਜਾ ਰਹੇ ਪਿਛਲੇ ਤੁਰ ਕੇ ਹੁਣ ਇਹਦੇ ਚੈੱਕ ਕਰੋ ਜੀ ਬੂਟੀ ਬੂਟੀ ਗਈ ਹੁਣ ਟੂਬ ਚੇਂਜ ਕਰਵਾਉਂਦੇ ਫਿਰ ਚੱਲਣੇ ਹੈਗਾ ਟੂਬਾ ਯਾਰ ਨਵੀਂ ਪਾਤੀ ਪੁਰਾਣੀਆਂ ਸੇਜ ਲੈ ਕੇ ਪਾ ਲਈ ਅਸੀਂ ਕਿਹਾ ਵੀ ਟੂਟੀ ਸਿਰ ਬੂਟੀ ਚੇਂਜ ਕਰ ਲਾਂਗੇ ਅਸੀਂ ਪਿਛਲੇ ਚੱਕ ਜੀ ਆਵਾਜ਼ ਚੈੱਕ ਕਰਦੇ ਆ ਹਲੋ ਸਰ ਜੀ 650 ਮਿਹਰਬਾਨੀ ਚੱਲ ਕੱਢ ਹੋ ਜਾਓ ਗਰਮ ਹੈ ਬਹਿ ਜਾ ਚਲੋ ਯਾਰ ਕੁਛ ਨਹੀਂ ਹੁੰਦਾ ਪੱਚੀ ਜੋੜਕਾਂ ਹੀ ਪਹੁੰਚ ਗਏ ਇਹ ਇੱਥੋਂ ਆਇਆ ਸੈਨ ਇਹ ਰਾਹ ਇੱਧਰ ਸਿੱਧਾ ਜਾਣ ਦੋ ਅੱਛਾ ਅੱਛਾ ਅਲਹਮਦੁਲਿਲਾ ਸਵੀਮਿੰਗ ਪੂਲ ਤੋਂ ਪਹੁੰਚ ਗਿਆ ਜੀ ਸਵੀਮਿੰਗ ਪੂਲ ਚੱਲ ਰਹੀ ਹੈ ਖੇਤਾਂ ਦੇ ਵਿੱਚ ਦਰਮਿਆਨ ਅਲਹਮਦੁਲਿਲਾ ਸਵੀਮਿੰਗ ਪੂਲ 'ਤੇ ਆ ਗਏ ਮੇਰੇ ਨਾਲ ਦੇ ਜੋ ਉੱਧਰ ਹੀ ਸਾਈਡ 'ਤੇ ਖੜੇ ਨੇ ਭਾਈ ਇਹਨਾਂ ਨੂੰ ਪੈਸੇ ਦੇ ਦਿੱਤੇ ਨੇ ਟਿਕਟਾਂ ਸਾਰਿਆਂ ਨੇ ਦਿੱਤੀਆਂ ਹੁਣ ਇੱਥੋਂ ਇੱਕ ਲਾਕਰ ਲੈ ਲੈਣੇ ਉਹਦੇ ਵਿੱਚ ਸਾਰੀਆਂ ਆਪਣੀਆਂ ਚੀਜ਼ਾਂ ਰੱਖਣੀਆਂ ਅਤੇ ਉਸ ਤੋਂ ਬਾਅਦ ਫਿਰ ਚੱਲ ਕੇ ਜਿਹੜਾ ਨਾ ਪੂਰੇ ਭਾਰ ਨੂੰ ਇੰਜੋਏ ਕਰਨਾ ਸਾਨੂੰ ਟੂਬ ਲੈ ਤੀ ਜਾ ਛੋਟਾ ਸੀ ਮੈਂ ਡੁੱਬ ਨਾ ਜਾਏ ਭਾਈ ਫਿਰ ਡੁੱਬਣਾ ਪਿੱਛੇ ਨਾ ਹਾਂਜੀ ਨਿਆਣਾ ਹੈ ਨਾਲੇ ਮੈਂ ਕਿਹਾ ਡੁੱਬ ਹੀ ਨਾ ਜਾਏ ਆਪ ਹੀ ਥੱਲੇ ਤੁਰ ਜਾਂਦਾ ਨਾ ਬਣ
ਫਿਰ ਸਾਨੂੰ ਐਸਾ ਜਿਹੇ ਮੁੰਡੇ ਸੇਮ ਪੋਜ ਵੀ ਘੱਟ ਰਹੇ ਅਤੇ ਅਸੀਂ ਵੀ ਥੋੜ੍ਹੇ ਦੋਸਤ ਆਏ ਹੋਏ ਹਾਂ, ਤਕਰੀਬਨ ਅਸੀਂ 6-7 ਜਣੇ ਆਏ ਹਾਂ, ਪਿਛਲੇ ਤਕਰੀਬਨ ਅਸੀਂ 16-17 ਜਣੇ ਸਾਂ। ਇਹਦਾ ਕੰਮ ਚੈੱਕ ਕਰੋ ਜੀ, ਇਹਨਾਂ ਤਿੰਨਾਂ ਚੋਂ ਦੇ ਬਾਕੀ ਸਾਰੇ ਖੇਡਣ ਡੇ ਨੇ, ਸਾਡਿਆਂ ਦਾ ਕੰਮ ਚੈੱਕ ਕਰੋ, ਉੱਠੇ ਕੰਮ ਉਹ ਇੰਜ ਨਹੀਂ ਜਾਂਦਾ ਵੀ ਉਹਨੂੰ ਖਿੱਚ ਕੇ ਨਾਲ ਕਰਦੇ ਨੇ, ਉਹ ਮੈਂ ਅੱਗੇ ਕਹਿਣਾ ਸਾਰੇ ਸਕੂਨ ਨਾਲ ਆਉਂਦੇ, ਸਾਡਿਆਂ ਨਾਲ ਵੱਖਰੀ ਮਸਤੀ ਹੈ। ਹਾਂਜੀ ਇਹਦੀ ਪੁੱਠੀ ਆ ਗਈ, ਇਹ ਵੇਖੋ ਇਹਨਾਂ ਦੇ ਕੰਮ ਚ, ਉਹ ਇੱਜ਼ਤ ਨਹੀਂ ਸਿੱਧਾ ਆ ਗਿਆ, ਉਹਨੂੰ ਪਤਾ ਨਹੀਂ ਤਾਂ ਲੱਕ ਚ ਲਿਆ ਜਾਂਦਾ। ਓਏ ਲੜਨਾ ਪਿਆ, ਓਏ ਇਨਸਾਨ ਬਣੋ, ਤੈਰਨਾ ਸੁੱਟੋ ਇਹਨੂੰ ਵਿੱਚ, ਜਿੱਥੇ ਵਿਚਾਹ ਨਾ ਆਉਂਦਾ ਉੱਥੇ ਤੂੰ ਲੈ ਸਕ, ਸੁੱਟੋ ਇਹਨੂੰ, ਸੁੱਟੋ ਸੁੱਟੋ ਇਹਨੂੰ, ਆ ਵੇ ਆ ਨਾ ਡਿਆ ਇਹ ਤੇ ਉਦੋਂ ਇੱਥੇ ਬਾਹਰ ਬੈ ਜਦੋਂ ਬਾਹਰ ਆਈ ਯਾਰ, ਮੋਬਾਈਲ ਫੜ ਆ ਕੇ ਵੇਖੋ ਨਿਗਾਹ ਜਾਂ ਟੁੱਬੀਆਂ ਲਾਉਂਦਾ ਫਿਰ ਤਾਂ ਤੇ ਐਡਾ ਵੱਡਾ ਖੋਤਾ ਜਿਹਾ ਨਹਾਉਂਦਾ ਹੀ ਨੀ, ਨਿਆਣੇ ਦੀ ਟੂਬ ਲੈ ਗਈ, ਸੱਟ ਲੱਗ ਗਈ ਸੀ, ਸੱਟ ਲੱਗ ਗਈ ਕਿ ਬਚ ਗਿਆ, ਆਈ ਬਚ ਗਿਆ ਆਪ ਹੀ ਪਿਆ। ਕੈਮਰਾਮੈਨ ਤੇ ਕੰਮ ਚੈੱਕ ਕਰੋ, ਟੰਡੀ ਵਾਚ ਰਹੇ ਇਹ ਕਰਨ ਡਿਆ, ਤਾਂ ਕੈਮਰਾ ਰੱਖ ਕੇ ਤੇ ਬਹਿ ਜਾ। ਘੰਟਾ ਡੇਢ ਹੋ ਗਿਆ ਨਹਾਉਂਦਿਆ, ਇਹ ਦੋਵੇਂ ਬੰਦੇ ਅਜੇ ਵੀ ਸਾਡੇ ਬੈਠੇ ਨੇ, ਬਕਾ ਸਾਰੇ ਬਾਹਰ ਨਿਕਲ ਕੇ ਤਸਵੀਰਾਂ ਖਿੱਚਣ ਡੇ ਨੇ, ਇਹ ਦੋਵੇਂ ਬਾਹਰ ਹੀ ਨਿਕਲ, ਸ਼ਾਕਾ ਸ਼ੂ ਬਾਹਰ ਨਿਕਲਾ ਚਲੀਏ ਜਾਂ ਨਹੀਂ ਅਜੇ ਦਿਲ ਕਰਦਾ, ਤੂੰ ਆ ਜਾ ਚਲੀਏ ਸੈਲੀਬ੍ਰਿਟੀ। ਉੱਠ ਮੈਂ ਨਿਕਲ ਜਾ ਬਾਹਰ ਹੁਣ, ਦੱਸ ਕਿਹੜਾ ਬੰਦਾ ਆਇਆ ਬਾਹਰ ਸੈਂਡ ਨੂੰ
ਸਾਰਿਆਂ ਦੀ ਮੈਂ ਤਸਵੀਰਾਂ ਖਿੱਚਿਆ, ਹੁਣ ਇਸ ਬੰਦੇ ਨੇ ਇੱਕ ਤਸਵੀਰ ਖਿੱਚਣ ਨੂੰ ਕਿਹਾ ਪਹਿਲਾਂ ਉਹ ਤੇ ਖਲੋ ਰਿਹਾ, ਨਹੀਂ ਤਸਵੀਰ ਖਿੱਚੀ, ਹੁਣ ਉਹ ਵਿੱਚ ਵੜ ਗਿਆ ਕਿਹ ਚੱਲ ਯਾਰ ਮਾਸ਼ਾਅੱਲਾ ਜੀ ਕਾਫੀ ਦੇਰ ਨਹਾਤੇ ਆ, ਪੂਰਾ ਮਜ਼ਾ ਆਇਆ। ਹੁਣ ਭਾਈ ਫੋਟੋ ਵੀ ਖਿੱਚ ਕੇ ਨਾ ਅੱਕ ਗਿਆ, ਤੇ ਹੁਣ ਭਾਈ ਚੱਲੀਏ। ਹੁਣ ਇਹਨਾਂ ਬੰਦਿਆਂ ਨੂੰ ਮੈਂ ਕਿਹਾ ਬਿਲਕੁਲ ਭਾਈ ਠੰਡਾ ਪਾਣੀ ਬਹੁਤ ਹੈ, ਆ ਜਾ ਬਾਹਰ ਭਾਈ। ਇਹਨਾਂ ਨੇ ਪਹਿਲਾਂ ਦੱਸ ਛੱਡਿਆ ਕਿ 2 ਦਿਨ ਤੋਂ ਪਹਿਲਾਂ ਮੈਨੂੰ ਕਿਸੇ ਨੇ ਵਾਇਸ ਸੈਂਡ ਨਹੀਂ ਕਰਨੀ ਕਿ ਭਾਈ ਤਸਵੀਰਾਂ ਸੈਂਡ ਕਰ ਦਿਓ। ਉਹਨਾਂ ਕਿਹਾ ਠੀਕ ਭਾਈ ਹੋ ਗਿਆ, ਤੇ ਐਡੀਟਿੰਗ ਕਰਕੇ ਉਹਨਾਂ ਕਿਹਾ ਸੈਂਡ ਕਰਨੀ, ਉਂਝ ਨਾ ਕਰਦੀ। ਮੈਂ ਠੀਕ ਹੈ ਭਾਈ, ਚਲਾ ਜੀ ਮੋਟਰਸਾਈਕਲ ਮੁਕਾਇਆ, ਸਾਰੇ ਇੱਧਰ ਦੇ ਖੜੇ ਨੇ, ਜਾ ਲੈ ਕੱਪੜੇ ਪਾ ਯਾਰ ਵਿੱਚ। ਚਲੋ ਯਾਰ ਬੋ, ਅਸੀਂ ਸਾਰੇ ਜਿਹੜੇ ਚਾਰੇ ਆਪਣੇ ਮੋਟਰਸਾਈਕਲ ਨਾਲ ਬਹਿ ਗਏ ਹਾਂ, ਤੂੰ ਕਹਿ ਪਿੱਛੇ ਹੋਣਗੇ ਨਹੀਂ। ਚਲੋ ਚੱਲਦਾ ਵਾਪਸ ਘਰ, ਕਾਫੀ ਦੇਰ ਨਹਾ ਕੇ ਪੂਰਾ ਮਜ਼ਾ ਆਇਆ, ਠੰਡਾ ਪਾਣੀ ਸੀ, ਦੰਦ ਵੱਜਣ ਡਿਆ ਸਾ, ਹੁਣ ਤਾਂ ਖੀਰ ਹੋ ਗਈ ਸੀ।